देश दुनिया की हर वड्डी खबर के लिए हुणे डाउनलोड करो नंबर 1 न्यूज ऐप दैनिक सवेरा टाइम्स। ਕਰੋਨਾ ਦੇ ਨਾਲ ਸਿਚੁਏਸ਼ਨ ਲਗਾਤਾਰ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਤਰਫੋਂ ਸਾਰੇ ਕਦਮ ਚੱਕੇ ਜਾ ਰਹੇ ਹਨ। ਪ੍ਰਸ਼ਾਸਨ ਨੇ ਜਿਹੜੀ ਐਨ ਜੀ ਓਜ਼ ਤੋਂ ਵੀ ਆ ਜਾਂ ਹੋਰ ਜਿਹੜੇ ਸੰਸਥਾਵਾਂ ਉਹਨਾਂ ਤੋਂ ਵੀ ਮਦਦ ਮੰਗੀ ਹੈ ਕਿ ਉਹ ਵੀ ਅੱਗੇ ਆ ਕੇ ਮਿੰਨੀ ਕੋਵਿਡ ਹੋਸਪਿਟਲਸ ਬਣਾਉਣ। ਅਸੀਂ ਇਸ ਵੇਲੇ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 8 ਦੇ ਸਪੋਰਟਸ ਕੰਪਲੈਕਸ ਦੇ ਵਿੱਚ। ਤੁਸੀਂ ਇੱਥੇ ਵੇਖ ਸਕਦੇ ਹੋ ਕਿ ਇੱਥੇ ਵੀ ਇੱਕ 50 ਬੈੱਡ ਦਾ ਜਿਹੜਾ ਕੋਵਿਡ ਹੋਸਪਿਟਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਸਿਟੀਜ਼ਨ ਫੋਰਮ ਜਿਹੜੀ ਇੱਕ ਸੰਸਥਾ ਉਹਨਾਂ ਵੱਲੋਂ ਹੀ ਇਹ ਜਿਹੜਾ ਇਨੀਸ਼ੀਏਟਿਵ ਲਿੱਤਾ ਗਿਆ ਉਹਨਾਂ ਵੱਲੋਂ ਇਹ ਜਿਹੜਾ ਤਿਆਰ ਕੀਤਾ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਇਹ 50 ਬੈੱਡ ਹਲੇ ਇੱਥੇ ਲਗਾਏ ਗਏ ਨੇ। ਇਹਦੇ ਨਾਲ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਇੱਥੇ ਆਕਸੀਜਨ ਕੰਸਨਟਰੇਟਰ ਵਗੈਰਾ ਵੀ ਲਗਾਏ ਜਾਣਗੇ। ਹੋਰ ਵੀ ਇਹ ਜਿਹੜੇ ਆਈਸੋਲੇਸ਼ਨ ਜਿਹੜੇ ਕੋਵਿਡ ਹੋਸਪਿਟਲ ਦੇ ਵਿੱਚ ਜਿਹੜੀ ਜ਼ਰੂਰੀ ਚੀਜ਼ਾਂ ਹੁੰਦੀਆਂ ਉਹ ਸਭ ਕੁਝ ਇੱਥੇ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਜਾਏਗੀ। ਇਹ ਤਸਵੀਰਾਂ ਸੈਕਟਰ 8 ਦੇ ਸਪੋਰਟਸ ਕੰਪਲੈਕਸ ਦੀ ਹੈਗੀ ਹੈ ਜਿੱਥੇ ਇਹ ਸਾਰੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜਨ ਦੀ ਜਿਹੜੀ ਹੈ ਆਸ਼ੰਕਾ ਸਾਰਿਆਂ ਨੂੰ ਲੱਗ ਰਹੀ ਹੈ ਅਤੇ ਜਿਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਹਸਪਤਾਲਾਂ ਦੇ ਵਿੱਚ ਜਿਹੜੀ ਜਗ੍ਹਾ ਦੀ ਕਾਫੀ ਘਾਟ ਨਜ਼ਰ ਆ ਰਹੀ ਹੈ ਤਾਂ ਉਸ ਨੂੰ ਹੁਣ ਦੇਖਦੇ ਹੋਏ ਥਾਂ ਥਾਂ 'ਤੇ ਇਸ ਤਰੀਕੇ ਦੇ ਜਿਹੜੇ ਕੋਵਿਡ ਹੋਸਪਿਟਲ ਬਣਨੇ ਸ਼ੁਰੂ ਹੋਏ ਨੇ। ਸਾਡੇ ਨਾਲ ਸਿਟੀਜ਼ਨ ਫੋਰਮ ਗਰੁੱਪ ਦੇ ਕੁਛ ਮੈਂਬਰਸ ਗੱਲ ਕਰਦੇ ਆ ਇਹਨਾਂ ਨਾਲ। ਸਰ ਆਪਣਾ ਨਾਂ ਦੱਸ ਦਿਓ ਜੀ। ਮੇਰਾ ਨਾਮ ਅਮਰ ਵਿਵੇਕ ਅਗਰਵਾਲ ਹੈ ਜੀ। ਨਮਸਕਾਰ। ਨਮਸਕਾਰ ਅਮਰ ਜੀ। ਇਹ ਕਿੰਨੇ ਬੈੱਡ ਦਾ ਜਿਹੜਾ 50 ਬੈੱਡ ਦਾ ਹਲੇ ਹੋਸਪਿਟਲ ਤਿਆਰ ਕੀਤਾ ਜਾ ਰਿਹਾ ਹੈ, ਕੀ ਫੈਸਿਲਿਟੀਜ਼ ਇੱਥੇ ਜਿਹੜੇ ਲੋਕਾਂ ਨੂੰ? ਦੇਖੋ, ਇਸ 'ਚ ਦੋ ਗੱਲਾਂ ਹੈ। ਅਸੀਂ ਇਨੀਸ਼ੀਅਲੀ 50 ਬੈੱਡ ਦੀ ਗੱਲ ਕਰ ਰਹੇ ਹਾਂ, ਜੇ ਸਾਨੂੰ ਲੋੜ ਪਈ ਅਸੀਂ ਬੈੱਡਸ ਇੱਥੇ ਐਕਸਪੈਂਡ ਵੀ ਕਰ ਸਕਾਂਗੇ। ਅਸੀਂ ਇਹਨੂੰ ਬਹੁਤ ਜ਼ਿਆਦਾ ਜਲਦਬਾਜ਼ੀ 'ਚ ਨਹੀਂ ਕਰਨਾ ਚਾਹ ਰਹੇ, ਕਿਉਂਕਿ ਪਹਿਲਾਂ ਇਹ ਸਪੋਰਟਸ ਕੰਪਲੈਕਸ ਜਿਹੜਾ ਹੈ ਬਿਲਡਿੰਗ ਹੈ, ਇੱਥੇ ਕੁਛ ਵੀ ਨਹੀਂ ਸੀਗਾ। ਅਸੀਂ ਸਪੋਰਟਸ ਕੰਪਲੈਕਸ ਦੀ ਬਿਲਡਿੰਗ ਦੇ ਵਿੱਚ ਦੇਖੋ, ਇੱਥੇ ਜਿੱਥੇ ਸਪੋਰਟਸ ਦਾ ਬੈਡਮਿੰਟਨ ਕੋਰਟ ਸੀ ਅਸੀਂ ਉਹਨੂੰ ਕਵਰ ਕਰਤਾ ਤਾਂ ਕਿ ਉਹ ਖਰਾਬ ਨਾ ਹੋਏ, ਪਲੱਸ ਇਹ ਪਰਦੇ ਲਾਏ ਆ ਤਾਂ ਕਿ ਇੱਥੇ ਨਾ ਲੋਕਾਂ ਨੂੰ ਲੱਗੇ। ਬੈੱਡ ਦੇ ਵਿੱਚ ਹਰ ਸੁਵਿਧਾ ਅਸੀਂ ਦੇ ਰਹੇ ਹਾਂ ਪ੍ਰੋਪਰ। ਇਸੇ ਤਰ੍ਹਾਂ ਅਸੀਂ ਇਲੈਕਟ੍ਰਿਕ ਪੁਆਇੰਟਸ ਦਿੱਤੇ ਹੈ, ਸੀਸੀਟੀਵੀਜ਼ ਦਿੱਤੇ ਹੈ, ਤੁਸੀਂ ਦੇਖੋਗੇ, ਪਬਲਿਕ ਐਡਰੈਸ ਸਿਸਟਮ ਦਿੱਤਾ ਹੈ, ਵਾਈਫਾਈਜ਼ ਦਿੱਤੇ ਹੈ, ਇੰਟਰਕੌਮ ਦਿੱਤੇ ਹੈ, ਤਾਂ ਕਿ ਪੇਸ਼ੈਂਟਸ ਨੂੰ ਅਸੀਂ ਪੇਸ਼ੈਂਟ ਨਹੀਂ ਰੱਖਣਾ ਜੀ, ਅਸੀਂ ਉਹਨਾਂ ਨੂੰ ਲਾਈਵਲੀ ਰੱਖਣਾ, ਖੁਸ਼ ਰੱਖਣਾ। ਅਸੀਂ ਉੱਥੋਂ ਉਹਨਾਂ ਨੂੰ ਠੀਕ ਕਰਕੇ ਭੇਜਣਾ ਹੈ, ਨੋਟ ਓਨਲੀ ਵਿਦ ਅਵਰ ਟ੍ਰੀਟਮੈਂਟ ਬਟ ਆਲਸੋ ਵਿਦ ਦੀ ਐਟਮੋਸਫੇਅਰ। ਇਹ ਅਸੀਂ ਇੱਥੇ ਸੈਡ ਐਟਮੋਸਫੇਅਰ ਨਹੀਂ ਰੱਖਣਾ, ਖੁਸ਼ੀ ਤਾਂ ਰੱਖਣਾ। ਅਸੀਂ ਉਹਨਾਂ ਨੂੰ ਗੇਮਸ ਵੀ ਖਿਲਾਵਾਂਗੇ, ਬਹੁਤ ਕੁਝ ਪਲਾਨ ਹੈ ਸਾਡੇ ਮਾਈਂਡ ਦੇ ਵਿੱਚ। ਆਈਡੀਆ ਇਹ ਹੈ ਕਿ ਕੋਵਿਡ ਨੂੰ ਅਸੀਂ ਅੱਜ ਜਿੱਥੇ ਤੱਕ ਪਹੁੰਚ ਗਿਆ ਹੈ, ਪਿੰਡਾਂ 'ਚ ਪਹੁੰਚ ਗਿਆ ਹੈ, ਚੰਡੀਗੜ੍ਹ ਸਿਟੀ 'ਚ ਜਿਹੜਾ ਪੜੋਸੀ ਸਟੇਟਸ ਦਾ ਪ੍ਰੈਸ਼ਰ ਆ ਗਿਆ ਹੈ, ਉਹਨੂੰ ਅਸੀਂ ਦੂਰ ਕਰ ਸਕੀਏ। ਉਹਦੇ ਲਈ ਉਹਨਾਂ ਦੇ ਲਈ ਖਾਣਾ, ਉਹਨਾਂ ਦੇ ਲਈ ਆਕਸੀਜਨ, ਪਹਿਲਾਂ ਅਸੀਂ ਪਲਾਨ ਕਰ ਰਹੇ ਸੀ ਆਕਸੀਜਨ ਪਾਈਪ, ਫਿਰ ਸਾਨੂੰ ਪਤਾ ਲੱਗਿਆ ਉਹ ਰਿਸਕੀ ਹੈ, ਆਕਸੀਜਨ ਪਾਈਪ ਦੇ ਨਾਲ ਬਲਾਸਟ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਹੁਣ ਅਸੀਂ ਆਕਸੀਜਨ ਸਿਲੰਡਰਸ ਅਸੀਂ ਪ੍ਰੋਕਿਓਰ ਕਰ ਲਏ ਹੈ, ਉਹ ਸਾਡੇ ਇੱਕ ਵਾਰੀ ਇੱਕ ਸਿਲੰਡਰ 60 ਲੀਟਰ ਦਾ ਦੋ ਦੋ ਬੈੱਡਸ ਨੂੰ ਕੈਟਰ ਕਰੇਗਾ ਵਾਈ ਫੋਰਮੇਸ਼ਨ ਦੇ ਨਾਲ, ਪਲੱਸ ਅਸੀਂ ਆਕਸੀਜਨ ਕੰਸਨਟ੍ਰੇਟਰ ਵੀ ਵਿਦੇਸ਼ ਤੋਂ ਮੰਗਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਸਾਡੀ ਜਿਹੜੀ ਸੰਸਥਾ ਹੈ, ਕੋਈ ਵੈਸੇ ਤਾਂ ਨਾਮ ਸਾਡਾ ਸ਼੍ਰੀ ਸਤਿ ਸਾਈ ਗ੍ਰਾਮੀਣ ਜਾਗ੍ਰਿਤੀ ਸੇਵਾ ਸਦਨ ਹੈ, ਲੇਕਿਨ ਅਸੀਂ ਚੰਡੀਗੜ੍ਹ ਦੇ ਸਿਟੀਜ਼ਨਸ ਹੈ ਜਿਨ੍ਹਾਂ ਦੇ ਮਨ 'ਚ ਇਹ ਆਇਆ ਕਿ ਬਈ ਅਸੀਂ ਇਹ ਕੰਮ ਕਰੀਏ, ਸੋ ਦੈਟ ਇਜ਼ ਹਾਊ ਵੀ ਵਿਲ ਡੂ ਇਟ। ਔਰ ਸਾਡੇ ਇੱਥੇ ਕੋਈ ਚਾਰਜਿਸ ਨਹੀਂ ਹੈ ਕਿਸੇ ਕਿਸਮ ਦੇ, ਅਸੀਂ ਸਾਰੀ ਮੁਫਤ ਸੇਵਾ ਦੇ। ਮੈਮ, ਤੁਹਾਡੇ ਤੋਂ ਜਾਣਨਾ ਚਾਹੂੰਗਾ, ਪਹਿਲਾਂ ਤਾਂ ਨਾਂ ਦੱਸ ਦਿਓ। ਮੇਰਾ ਨਾਂ ਜੀ ਰੋਹਿਣਾ ਖੁੱਲਰ ਹੈ, ਮੈਂ ਵਾਈਸ ਪ੍ਰਿੰਸੀਪਲ ਐਸਟੀ ਪਬਲਿਕ ਸਕੂਲ ਦੀ ਹਾਂ ਅਤੇ ਇੱਕ ਆਮ ਨਾਗਰਿਕ ਹੈ, ਲੇਕਿਨ ਇਸ ਵੇਲੇ ਹਰ ਨਾਗਰਿਕ ਨੂੰ ਜਾਗਣ ਦੀ ਲੋੜ ਹੈ ਔਰ ਅੱਗੇ ਆਉਣ ਦੀ ਲੋੜ ਹੈ। ਜਿਸ ਤਰ੍ਹਾਂ ਵੀ ਤੁਸੀਂ ਸੇਵਾ ਕਰ ਸਕਦੇ ਹੋ, ਤਨ ਨਾਲ, ਮਨ ਨਾਲ, ਧਨ ਨਾਲ, ਸਾਡੀ ਝੋਲੀ ਅੱਡੀ ਹੋਈ ਹੈ, ਆ ਜਾਓ ਸਾਡੇ ਨਾਲ ਜੁੜ ਜਾਓ। ਮੈਮ ਬਿਲਕੁਲ, ਅਸੀਂ ਵੀ ਚਾਹਾਂਗੇ ਕਿ ਹੋਰ ਲੋਕ ਜੁੜਨ, ਲੇਕਿਨ ਜਿਸ ਤਰੀਕੇ ਦੀ ਸਿਚੁਏਸ਼ਨ ਹੁਣ ਅੱਗੇ ਪੈ ਰਹੀ ਹੈ, ਜਿਵੇਂ ਐਕਸਪਰਟਸ ਕਹਿ ਰਹੇ ਕਿ ਥਰਡ ਵੇਵ ਵੀ ਅੱਗੇ ਆ ਰਹੀ ਹੈ, ਤਾਂ ਥਰਡ ਵੇਵ ਇਸ ਤੋਂ ਜ਼ਿਆਦਾ ਹੋਰ ਜਿਹੜੀ ਡੇਂਜਰਸ ਸਿਚੁਏਸ਼ਨ ਲਿਆ ਸਕਦੀ ਹੈ। ਲੱਗਦਾ ਹੈ ਕਿ ਜਿਹੜੇ ਇੰਤਜ਼ਾਮਾਂ ਦੀ ਗੱਲ ਕਰ ਰਹੇ ਸੀਗੇ, ਗੌਰਮੈਂਟ ਗੱਲ ਕਰ ਰਹੀ ਸੀ, ਐਡਮਿਨਿਸਟ੍ਰੇਸ਼ਨ ਗੱਲ ਕਰ ਰਿਹਾ ਸੀ, ਉਹ ਇੰਤਜ਼ਾਮ ਥੋੜ੍ਹੇ ਰਹਿ ਗਏ ਨੇ? ਬਿਲਕੁਲ ਥੋੜ੍ਹੇ ਰਹਿ ਗਏ, ਤਾਂ ਹੀ ਸਾਨੂੰ ਅੱਗੇ ਆਉਣਾ ਪਿਆ। ਅਸੀਂ ਟੀਵੀ 'ਚ ਜਦੋਂ ਤਰਾਹੀ ਤਰਾਹੀ ਹੁੰਦੀ ਦੇਖਦੇ ਹਾਂ ਤਾਂ ਸਾਡੇ ਤੋਂ ਘਰ ਬੈਠਿਆ ਨਹੀਂ ਜਾਂਦਾ, ਸਾਡਾ ਵੀ ਜੀ ਕਰਦਾ ਕਿ ਅਸੀਂ ਕਿਸੇ ਨੂੰ ਸਹਾਰਾ ਦੇ ਸਕੀਏ। ਜੇ ਐਡਮਿਨਿਸਟ੍ਰੇਸ਼ਨ ਥੁੜਦੀ ਪਈ ਹੈ ਤਾਂ ਤੁਸੀਂ ਆਪ ਆਪਣੇ ਮੋਢੇ ਮਜ਼ਬੂਤ ਕਰੋ, ਮੇਰੀ ਸਾਰਿਆਂ ਤੋਂ ਅਪੀਲ ਹੈ, ਆਪ ਖੜੇ ਹੋ ਆਪਣੇ ਲਈ, ਸਰਕਾਰ ਇਸ ਵੇਲੇ ਕਮਜ਼ੋਰ ਹੈ। ਮੈਮ, ਇੱਕ ਜਿਵੇਂ ਸਰ ਨੇ ਵੀ ਦੱਸਿਆ ਕਿ ਇੱਥੇ CCTV ਵਗੈਰਾ ਵੀ ਲਗਾਏ ਗਏ ਨੇ, ਇੱਕ ਲੋਕਾਂ ਦੇ ਵਿੱਚ ਹਮੇਸ਼ਾ ਇੱਕ ਸ਼ਿਕਾਇਤ ਰਹਿੰਦੀ ਹੈ, ਖਾਸ ਤੌਰ 'ਤੇ ਕੋਵਿਡ ਪੇਸ਼ੈਂਟਸ ਦੇ ਜਿਹੜੇ ਰਿਲੇਟਿਵਸ ਹੈਗੇ ਆ, ਜਿਹੜੇ ਅਟੈਂਡੈਂਟਸ ਹੈਗੇ ਆ, ਉਹ ਕਹਿੰਦੇ ਕਿ ਸਾਨੂੰ ਅੰਦਰ ਦਾ ਪਤਾ ਹੀ ਨਹੀਂ ਹੈ ਕਿ ਸਾਡਾ ਮਰੀਜ਼ ਕਿਸ ਤਰੀਕੇ ਨਾਲ ਹੈਗਾ।
ਤੇ ਲਗਾਤਾਰ ਇਹ ਡਿਮਾਂਡਸ ਹਸਪਤਾਲਾਂ ਦੇ ਵਿੱਚ ਵੀ ਚੱਲ ਰਹੀ ਹੈ ਕਿ ਸੀ ਸੀ ਟੀ ਵੀ ਦੇ ਨਾਲ ਉਹਨਾਂ ਨੂੰ ਬਾਹਰ ਦਾ ਜਿਹੜਾ ਉਹ ਅੰਦਰ ਦਿਖਾਇਆ ਜਾਏ ਕਿ ਅੰਦਰ ਉਹਨਾਂ ਦਾ ਮਰੀਜ਼ ਕਿਸ ਤਰੀਕੇ ਨਾਲ। ਤੁਸੀਂ ਇਹ ਸਰਵਿਸ ਇੱਥੇ ਪ੍ਰੋਵਾਈਡ ਕਰਵਾ? ਸਰ ਅਸੀਂ ਵਾਈਫਾਈ ਤਾਂ ਹੀ ਦਿੱਤਾ ਕਿ ਪੇਸ਼ੈਂਟ ਆਪਣੇ ਮੋਬਾਈਲ ਤੇ ਆਪਣੇ ਘਰਦਿਆਂ ਨਾਲ ਕੰਟੀਨਿਊਸ ਗੱਲ ਕਰਕੇ ਖੁਸ਼ ਰਹਿ ਸਕੇ। ਹਰ ਪੁਆਇੰਟ ਤੇ ਦੇਖੋ, ਹਰ ਬੈੱਡ ਨਾਲ ਇੱਕ ਪੁਆਇੰਟ ਅਟੈਚ ਹੋਇਆ ਮੋਬਾਈਲ ਚਾਰਜਿੰਗ ਦਾ, ਸੀ ਸੀ ਟੀ ਵੀ ਹੈਗਾ ਜਿਹਦੇ ਨਾਲ ਸਾਡੀਆਂ ਨਰਸਿਸ ਕੰਟੀਨਿਊਸਲੀ ਰਿਕਾਰਡਿੰਗ ਹੋਏਗੀ ਔਰ ਚੈੱਕ ਕਰਨਗੇ, ਦੇਖਦੇ ਰਹਿਣਗੇ ਅੰਦਰ। ਨਰਸਾਂ ਨੂੰ ਅੰਦਰ ਆਉਣ ਦੀ ਲੋੜ ਨਹੀਂ, ਉਹਨਾਂ ਦੀ ਜਾਨ ਅਸੀਂ ਖਤਰੇ 'ਚ ਫਾਲਤੂ 'ਚ ਨਹੀਂ ਪਾਉਣੀ, ਕਿਉਂਕਿ ਉਹਨਾਂ ਨੇ ਵੀ ਬਹੁਤ ਪੇਸ਼ੈਂਟਸ ਨੂੰ ਕੇਟਰ ਕਰਨਾ। ਸਾਡੇ ਕੋਲ ਇੱਥੇ ਪਬਲਿਕ ਐਡਰੈਸ ਸਿਸਟਮ ਹੈ ਔਰ ਟੂ ਵੇ ਕਮਿਊਨੀਕੇਸ਼ਨ ਹੈ ਅੰਦਰ, ਇੰਟਰਕੌਮ ਲੱਗੇ, ਪੇਸ਼ੈਂਟ ਨੇ ਕੁਝ ਕਹਿਣਾ ਉਹ ਇੰਟਰਕੌਮ 'ਤੇ ਬਾਹਰ ਫੋਨ ਕਰ ਸਕਦਾ, ਬਾਹਰੋਂ ਅੰਦਰ ਐਡਮਿਨਿਸਟ੍ਰੇਸ਼ਨ ਜਾਂ ਕੋਈ ਵੀ ਗੱਲ ਕਰਨਾ ਚਾਹੁੰਦਾ ਉਹ ਆਪਣਾ ਪਬਲਿਕ ਐਡਰੈਸ ਸਿਸਟਮ ਨਾਲ ਗੱਲ ਕਰ ਸਕਦੇ ਹੈ। ਤੇ ਹਰ ਬੈੱਡ ਦੇ ਨਾਲ ਇੰਟਰਕੌਮ ਦਿੱਤਾ ਜਾਏ? ਨਹੀਂ ਜੀ, ਚਾਰਜਿੰਗ ਪੁਆਇੰਟ ਹਰ ਬੈੱਡ ਦੇ ਨਾਲ ਦਿੱਤਾ ਗਿਆ। ਇੰਟਰਕੌਮ ਜਿਹੜੇ ਹੈ ਉਹ ਸਟੇਸ਼ਨ ਬਣਾਤੇ 6, ਤੇ ਚੂੰਕਿ 50 ਬੈੱਡ ਹੈ ਇਹ ਸਪਰੈਡ ਹੋਣਗੇ, ਤੇ ਪੇਸ਼ੈਂਟ ਅਸੀਂ ਚਾਹੁੰਦੇ ਨਹੀਂ ਬੈੱਡ 'ਤੇ ਹੀ ਬੈਠਾ ਰਹੇ, ਪੇਸ਼ੈਂਟ ਚੱਲਦਾ ਫਿਰਦਾ ਰਹੇਗਾ, ਉਹ ਇੰਟਰਕੌਮ 'ਤੇ ਜਾ ਕੇ ਗੱਲ ਕਰ ਸਕਦਾ। ਨਰਸਿੰਗ ਸਟੇਸ਼ਨ ਉੱਪਰ ਬਣੇਗਾ, ਉੱਪਰੋਂ ਨਰਸਿਸ ਸਾਰਾ ਵਾਚ ਕਰਨਗੀਆਂ, ਡਾਕਟਰਸ 2 ਡਾਕਟਰਸ 2 ਨਰਸਿਸ 2 ਸਟਾਫ ਮੈਂਬਰ ਹਰ ਟਾਈਮ ਕੋਵਿਡ ਦੇ ਸੈਂਟਰ ਦੇ ਅੰਦਰ ਰਹਿਣਗੇ ਜਿਹੜੇ ਕਿ PPE ਕਿੱਟ ਦੇ ਵਿੱਚ ਰਹਿਣਗੇ। ਅਤੇ ਕਿੰਨੇ ਡਾਕਟਰਸ ਇੱਥੇ? ਸਰ ਇਸ ਟਾਈਮ ਅਸੀਂ 4 ਡਾਕਟਰਸ RMOs ਨਾਲ ਕੰਟਰੈਕਟ ਕੀਤਾ ਹੈ ਜਿਹੜੇ ਕਿ ਇੱਥੇ ਰਹਿਣਗੇ। 4 ਡਾਕਟਰ ਸੀਨੀਅਰ ਕੰਸਲਟੈਂਟ ਲੈਵਲ ਦੇ, ਜਿਵੇਂ ਡਾਕਟਰ ਜੀ ਦੀਵਾਨ ਜਿਹੜੇ ਕਿ ਡਾਇਰੈਕਟਰ ਹੈਲਥ ਸਰਵਿਸਿਸ ਸੀਗੇ, ਡਾਕਟਰ ਵਿਜੇ ਬੰਸਲ, ਡਾਕਟਰ ਮਨੋਜ ਔਰ ਇੱਕ ਹੋਰ ਸੀਨੀਅਰ ਕੰਸਲਟੈਂਟ ਹੈ, ਉਹ ਕੰਸਲਟੈਂਟ ਰਹਿਣਗੇ ਜਿਹਨੂੰ RMOs ਕੰਸਲਟ ਕਰ ਸਕਦੇ ਹਨ। ਸੋ ਇਸ ਤਰ੍ਹਾਂ ਸੇ ਅਸੀਂ 8 ਡਾਕਟਰਸ ਦਾ ਹਲੇ ਪੈਨਲ ਬਣਾਇਆ ਹੈ। ਜਿਹੜੀਆਂ 4 ਨਰਸਿਸ ਹੋਣਗੀਆਂ ਉਹ ਇੱਥੇ ਰਹਿਣਗੀਆਂ, 4 ਨਰਸਿਸ ਹੋਰ ਹੈ ਉਹ ਅਵੇਲੇਬਲ ਰਹਿਣਗੀਆਂ। ਸਾਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਪਿੱਛੇ ਕਮਰੇ ਵੀ ਦੇਤੇ ਜਿਹੜੇ ਕਿ ਡਾਕਟਰਸ ਦੇ ਰੈਸਟ ਰੂਮਸ ਹੋਣਗੇ, ਖਾਣਾ ਵੀ ਅਵੇਲੇਬਲ ਹੋਏਗਾ, ਸਭ ਕੁਝ ਅਵੇਲੇਬਲ ਹੋਏਗਾ। ਇੱਕ ਅਸੀਂ ਸਕੂਲ ਬਿਲਡਿੰਗ ਦਾ ਹੋਸਟਲ ਲੈ ਲਿਆ ਹੋਰ, ਉੱਥੇ ਟਰਾਂਸਪੋਰਟੇਸ਼ਨ ਵੀ ਅਵੇਲੇਬਲ ਹੈ, DC ਮਾਡਲ ਸਕੂਲ ਜਿਹੜਾ ਉੱਪਲ ਪਲਾਜ਼ਾ ਦੇ ਪਿੱਛੇ। ਜੇ ਲੋੜ ਪਏਗੀ ਅਸੀਂ ਡਾਕਟਰਸ ਨੂੰ ਜੇ ਰੈਸਟ ਕਰਾਉਣਾ ਹੈ, ਬ੍ਰੇਕ ਲੈਣੀ ਹੈ, ਇੱਕ ਦਿਨ ਦੀ ਹੋ ਸਕਦਾ ਬ੍ਰੇਕ ਦੇਣੀ ਪਵੇ, ਕਿਉਂਕਿ 6-8 ਘੰਟੇ PPE ਕਿੱਟ ਪਾ ਕੇ ਰਹਿਣਾ, ਸੇਵਾ ਕਰਨੀ ਆਸਾਨ ਨਹੀਂ ਹੈ। ਸੋ ਅਸੀਂ ਉਹਨਾਂ ਨੂੰ ਉੱਥੇ ਬ੍ਰੇਕ ਲਈ ਲੈ ਜਾਵਾਂਗੇ, ਉਹਨਾਂ ਨੂੰ ਉੱਥੇ ਰੈਸਟ ਕਰਾ ਸਕਦੇ ਹਾਂ, ਤਾਂ ਕਿ ਇਹ ਕੋਵਿਡ ਦੇ ਐਟਮੋਸਫੇਅਰ ਤੋਂ ਜੇ ਉਹ ਇੱਕ ਦਿਨ ਦੀ ਬ੍ਰੇਕ ਲੈ ਕੇ ਆਉਣਾ ਚਾਹੁਣ ਵਾਪਸ ਤਾਂ ਇੱਥੇ ਆ ਸਕਦੇ। ਸਰ ਇੱਕ ਹੋਰ ਸਵਾਲ, ਲੋਕਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਰਹਿੰਦਾ ਹੈ ਕਿ ਜਦੋਂ ਕੋਵਿਡ ਦੇ ਮਰੀਜ਼ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਹੈ, ਉਹਨਾਂ ਦੇ ਮਨ 'ਚ ਇੱਕ ਕਾਫੀ ਬੁਰੇ ਖਿਆਲਾਤ ਆਉਂਦੇ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਥੇ ਜਿਹੜਾ ਐਟਮੋਸਫੇਅਰ ਹੈ ਟੋਟਲੀ ਬਦਲ ਦਿੱਤਾ ਜਾਏਗਾ, ਉਹਨਾਂ ਨੂੰ ਬਿਲਕੁਲ ਨੈਗੇਟਿਵ ਵਾਈਬ੍ਰੇਸ਼ਨ ਇੱਥੇ ਨਹੀਂ ਲਿਆ ਦਿੱਤੀ ਜਾਏਗੀ, ਤੁਹਾਡੀ ਵੱਲੋਂ ਕੋਸ਼ਿਸ਼ ਹੋਏਗੀ, ਕੀ ਕਰਵਾਇਆ ਜਾਏਗਾ, ਯੋਗ ਕਰਾਇਆ ਜਾਏਗਾ, ਹੋਰ ਕਿਸ ਤਰੀਕੇ? ਸਰ ਅਸੀਂ ਦੋਨੋਂ ਮਿਕਸ ਕਰਾਵਾਂਗੇ, ਆਲਟਰਨੇਟ ਮੈਡੀਸਨ ਪਲੱਸ ਜਿਹੜੀ ਦੂਸਰੀ ਮੈਡੀਸਨ ਹੈ ਰੈਗੂਲਰ ਮੈਡੀਸਨ। ਰੈਗੂਲਰ ਮੈਡੀਸਨ ਸਾਡੇ ਡਾਕਟਰਸ ਹੈ, ਆਲਟਰਨੇਟ ਮੈਡੀਸਨ 'ਚ ਯੋਗਾ, ਕਾੜੇ ਪੀਣਾ, ਸਟੀਮਿੰਗ, ਗਾਰਗਲਸ, ਪਲੱਸ ਅਸੀਂ ਉਹਨਾਂ ਨੂੰ ਜੋ ਥੈਰੇਪੀਜ਼ ਦੇ ਸਕਦੇ ਹਾਂ। ਸਾਡੇ ਸਾਰਿਆਂ 'ਚ ਆਕਸੀਜਨ ਹੈ, ਪਰ ਅਸੀਂ ਆਕਸੀਜਨ ਯੂਜ਼ ਨਹੀਂ ਕਰ ਰਹੇ, ਸੋ ਅਸੀਂ ਡੀਪ ਬਰੀਦਿੰਗ, ਉਹਦੇ ਨਾਲ ਡੀਪ ਬਰੀਦਿੰਗ ਦੇ ਨਾਲ ਆਕਸੀਜਨ ਜਨਰੇਟ ਹੁੰਦੀ ਹੈ, ਜਿੰਨਾ ਕੁਛ ਅਸੀਂ ਕਰ ਸਕਾਂਗੇ। ਬਹੁਤ ਸਾਡੇ ਮਾਈਂਡ 'ਚ ਬਹੁਤ ਕੁਛ ਹੈ, ਪਰ ਇਸ ਟਾਈਮ ਸਾਨੂੰ ਇਹ ਹੈ ਕਿ ਇਹ ਸੈਂਟਰ ਅਸੀਂ ਸੈਟਅਪ ਕਰਕੇ ਇਹਨੂੰ ਇੱਕ ਵਾਰੀ ਚਾਲੂ ਕਰੀਏ। SOP ਅਸੀਂ ਬਣਾਏ ਹੋਏ ਹੈ ਜਿਹਨੂੰ ਕਿ ਅਸੀਂ ਇੰਟਰੋਡਿਊਸ ਕਰਕੇ। ਕਦੋਂ ਤੱਕ ਚਾਲੂ ਹੋ ਜਾਏਗਾ? ਮੈਨੂੰ ਉਮੀਦ ਹੈ ਕਿ ਅਗਲੇ 4 ਦਿਨ 'ਚ ਅਸੀਂ ਇਹਨੂੰ ਚਾਲੂ ਕਰ ਦਾਂਗੇ, ਕਿਉਂਕਿ ਮੇਨ ਪ੍ਰੋਬਲਮ ਸੀ ਆਕਸੀਜਨ ਦੀ। ਸਾਡੇ ਲਈ ਉਹ ਸਿਲੰਡਰਸ ਅਰੇਂਜ ਹੋ ਗਏ ਹੈ, ਇੱਕ ਰੈਗੂਲੇਟਰ ਹੁੰਦਾ ਹੈ ਉਹ ਵੀ ਅਰੇਂਜ ਹੋ ਗਿਆ, ਆਈ ਥਿੰਕ ਉਹਦੀ ਇੱਕ ਟਰੋਲੀਜ਼ ਹੁੰਦੀਆਂ, ਕਿਉਂਕਿ ਅੰਦਰ ਟਰੋਲੀਜ਼ ਦੇ ਵਿੱਚ ਹੀ ਸਿਲੰਡਰ ਮੂਵ ਕਰ ਸਕਦਾ 60 ਲੀਟਰ ਦਾ, ਉਹ ਵੀ 2-3 ਦਿਨ 'ਚ ਆ ਜਾਣਗੀਆਂ। ਵਿਦ ਦੈਟ ਆਈ ਥਿੰਕ ਵੀ ਸ਼ੁੱਡ ਸਟਾਰਟ। ਸਰ ਫਰੀ ਆਫ ਕੋਸਟ ਸਰ? ਐਬਸੋਲੂਟਲੀ ਫਰੀ, ਨੋ ਚਾਰਜਸ। ਅਸੀਂ ਪੇਸ਼ੈਂਟਸ ਨੂੰ ਕਿੱਟ ਦੇਵਾਂਗੇ, ਕਿੱਟ 'ਚ ਜ਼ਰੂਰੀ ਸਮਾਨ ਹੋਏਗਾ, ਉਹ ਵੀ ਫਰੀ ਹੈ, ਕੋਈ ਚਾਰਜਸ ਨਹੀਂ ਕਿਸੇ ਕਿਸਮ ਦੇ। ਕੀ ਕੀ ਸਮਾਨ ਹੋਏਗਾ ਉਸ 'ਚ? ਪਲੇਟ, ਟੰਬਲਰ, ਬੇਸਿਕ ਸਮਾਨ, ਟੋਇਲੇਟਰੀਜ਼, ਪਲੱਸ ਇਸ ਤੋਂ ਇਲਾਵਾ ਉਹਨਾਂ ਦੇ ਲਈ ਆਕਸੀਮੀਟਰ ਵੀ ਹੋਏਗਾ ਇਸ 'ਚ, ਅਤੇ ਸਾਰੀ ਫੈਸਿਲਿਟੀਜ਼ ਹੋਣਗੀਆਂ ਜੀ ਜੋ ਪੇਸ਼ੈਂਟਸ ਨੂੰ ਜ਼ਰੂਰਤ ਹੁੰਦੀ ਹੈ। ਖਾਣਾ ਤਾਂ ਇੱਥੇ ਹੋਏਗਾ ਹੀ ਹੋਏਗਾ, ਸਭ ਕੁਝ ਹੋਏਗਾ, ਹਰ ਚੀਜ਼ ਹੋਏਗੀ ਜੋ ਪੇਸ਼ੈਂਟ, ਤਾਂ ਕਿ ਆਪਣੇ ਆਪ ਦਾ ਟਾਈਮ ਜਿਹੜਾ ਹੈ ਆਈਸੋਲੇਸ਼ਨ 'ਚ ਲਾਈਵਲੀ ਤਰੀਕੇ ਨਾਲ ਕਰ ਸਕੇ। ਤੁਸੀਂ ਦੇਖ ਹੀ ਲਿਆਉਣਾ, ਐਟਮੋਸਫੇਅਰ ਬਹੁਤ ਲਾਈਟਲੀ ਹੈ ਇੱਥੇ, ਡੈਂਪਨਿੰਗ ਐਟਮੋਸਫੇਅਰ ਨਹੀਂ ਹੈ, ਦੈਟ ਇਜ਼ ਦੀ ਹੋਲ ਆਈਡੀਆ। ਗੁਰਦੁਆਰਾ 46 ਵਾਲੇ ਸਾਨੂੰ ਆਪਣੀ ਲੰਗਰ ਸੇਵਾ ਦੇ ਰਹੇ ਹੈ, ਲੰਚ ਅਤੇ ਡਿਨਰ ਸਾਨੂੰ ਗੁਰਦੁਆਰਾ 46 ਦੀ ਸਭਾ ਤੋਂ ਆ ਰਿਹਾ ਹੈ, ਇਹ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਸਾਡੇ ਨਾਲ। ਅਤੇ ਬ੍ਰੇਕਫਾਸਟ 8 ਸੈਕਟਰ ਦੇ ਗੁਰਦੁਆਰਾ ਸਾਹਿਬ ਦੇਣਗੇ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੀ ਸੰਸਥਾਵਾਂ ਨੂੰ, ਸਾਰੇ ਸਿਟੀਜ਼ਨਸ ਨੂੰ ਸਾਡੇ ਨਾਲ ਲੈਣ ਦੀ, ਕਿਉਂਕਿ ਸਾਡੇ ਵਿੱਚ ਸਿਰਫ ਰੱਬ ਦਾ ਨਾਮ ਹੈ ਸਾਡੇ ਸਾਹਮਣੇ ਹੈ, ਔਰ ਬਾਕੀ ਸਾਨੂੰ ਫੇਥ ਹੈ ਕਿ ਬਈ ਐਵਰੀਬਡੀ ਵਿਲ ਜੁਆਇਨ ਦਿਸ ਮੂਵਮੈਂਟ, ਉਹਦੇ ਨਾਲ ਅਸੀਂ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਅੱਗੇ ਲੈ ਜਾ ਕੇ ਸਕਾਂਗੇ।
सो तुसी सुनिया ये जिहड़े पूरा इहदा जिहड़ा इंतजाम कर रहे, एक बार फिर तुहानू एक बार इत्थे दे पूरा हाल दिखावा चाहांगा कि ये जिहड़ा पंजाब बैडेड होस्पिटल जिवें कि इहनां वल्लों दस्सिया गया है कि हर बैड दे नाल एक जिहड़ा चार्जिंग स्टेशन दित्ता, तुसी वेख सकते हो कि हर बैड दे नाल ओह चार्जिंग स्टेशन है, मोबाइल चार्ज करना या होर कुछ चार्ज करना वह इत्थे पूरी फैसिलिटी होएगी, इंटरकॉम की पूरी फैसिलिटी होएगी जिहदे विच टू वे कम्यूनीकेशन, अगर मरीज डॉक्टर दे नाल या बाहर उन्होंने जिहड़े तीमारदार आ अगर उन्होंने गल करना चाहता है तो उन्होंने जिहड़ा वह किसी वेले भी गल कर सकते। इस तो अलावा जिहड़ी सब तो ज़्यादा जिहड़ी जरूरी जिहड़ी चीज़ अजकल हर हस्पताल दे विच चाहिए है, तो काफ़ी जिहड़ी डिमांड भी जिहदी वध रही है कि CCTV का जिहड़ा इंतजाम वह होना चाहिए कि ताकि जिहड़े अंदर मरीज हैगे है वह मरीज जिहड़े उन्हां नूं जिहड़े उन्हां दे तीमारदार है वह देख सकन कि अंदर उन्हां दा मरीज किस हालत दे विच हैगे, अगर उहदी तबीयत खराब है तो उस नूं किस तरीके का इलाज दिता जा रहा है, तो उहदे लई वी जिहड़ा इत्थे इंतजाम पूरा किया गया, तुसीं वेख सकते हो CCTV ये हैगा। तो ये जिहड़ा 3 to 4 दिन के पूरा जो कोविड हस्पताल जरा बनाया जा रहा है ये ऑपरेशनल हो जाएगा। सामने जो पब्लिक डिवाइस सिस्टम हैगा कि अगर किसी ने कोई गलबात करनी है वो कर सकता है, लाउडस्पीकर तो अनाउंसमेंट होएगी, पूरा इतने जो इंतजाम जिमें दसया गया है कि एक दूसरा जो हॉल है उत्थे होर इन्हों कमरे मिल गए डॉक्टर्स के रहने लिए, क्योंकि इतने का जोड़ा माहौल है पूरा जोड़ा एक हस्पताल वर्गा नहीं बल्कि एक काफ़ी खुशनुमा माहौल इतने जोड़ा क्रिएट किया जाएगा, जिमें कि दसिया गया कि इतने कई तरह की एक्टिविटीज़ जी करवाई जाएगी, योग पत्ती होएगी नाल जिमें स्ट्रीमिंग दी हैगी है या होर जी चीज़ है मेडिसिनल ट्रीटमेंट वो सब कुछ जड़ा इको थां ते करवाया जाएगा। तो एक सिर्फ सब तो वड्डी गल है कि ये जी इनिशिएटिव है एक संस्था वालों किया गया है, तो इन्होंने वालों कहा गया कि अगर होर भी कोई मदद लिए अगे आना चाहता तो आ सकता है, क्योंकि चंडीगढ़ के आने वाले दिनों के हालात होर बिगड़ सकते हैं, जिसनों देखते हुए प्रशासन वालों भी लोगों को अपील की जा रही है कि लोग मदद के हाथ बधाते हुए अगे आन, तो इस सिक्के के मिनी कोविड सेंटर जोड़े वो तैयार करन जिदे प्रशासन भी उन्होंने मदद करेगा। तो असी भी यही चाहवांगे कि जिस सिक्के हालात बिगड़ रहे हैं कि तुसी जिन्ना हो सके अपने घर के अंदर रहो, घरों तो बाहर ना निकलो, क्योंकि घरों बाहर निकलोगे तो संक्रमण फैलन का खतरा ज़्यादा वधेगा। तो इसलिए लगातार दैनिक सवेरा भी अपने दर्शकों जड़ी अपील कर रहा है कि घर रहो, सुरक्षित रहो, तो इस सिक्के के जड़े इनिशिएटिव है इस दे विच एक दूसरे का साथ दो, क्योंकि जड़ा समा है ये जड़ा इंसानियत का समा है, इंसानियत के लिए कम करन का समा है, तो जिन्ना हो सके एक दूसरे की मदद लिए जरूर अगे आओ। चंडीगढ़ तो कैमरामैन प्रवीण पांडे दे नाल अंकुश महाजन, दैनिक सवेरा TV। मियां रफीक मोहम्मद, सारियां थावां तो मायूस अते निराश होण वाले, एक बार फोन जरूर करो, जिवें चाहोगे ओवें होएगा, इट्स माय प्रॉमिस, इमीडिएटली रिजल्ट ओपन चैलेंज, इल्मा दे माहिर A to Z समस्यावां फोन ते घर बैठे करवाओ हल, वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% गारंटी, सब तो पहला काम करन दा वायदा, नौकरी प्रमोशन कारोबार च परेशानी, घर च झगड़ा कोर्ट केस तलाक प्रॉपर्टी झगड़ा, पति पत्नी चनबन जादू टोना, मनमोड़ी वशीकरण करवाओ जां तुड़वाओ, रुस्से नूं मनाउणा, मोबाइल 84374 94 647 384 94 648। पंडित राधे शर्मा, चमत्कार हुंदे वेखो अपनी अखां दे सामने, 24 घंटे विच पाओ हर परेशानी दा हल, मुसलमानी रूहानी ते काले इलम दे बादशाह, मेरे कीते नूं मेरे तो इलावा कोई कट नहीं सकदा, मोड़ी वशीकरण करवाओ, मनचाह प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी कारोबार च रुकावट, विदेश यात्रा, लॉटरी तो तुहानूं मिलेगा जां नहीं, सच्चाई जानो, लॉटरी नंबर पाओ 649 होवे जां लोटो मैक्स, तुहाडी हर गल 100% गुप्त रखी जाएगी, प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा, मोबाइल 98 788 045 85 588 38 617।